Z5 ऐप डाउनलोड करो ते देखो पूरे एपिसोड बिल्कुल फ्री। ਤਾਨੂੰ ਕੀ ਲੱਗਦਾ ਕਿ ਅਨਾਰ ਕੌਣ ਹੈ ਘਰ ਵਿੱਚ? ਮੈਨੂੰ ਲੱਗਦਾ ਹੈ ਇਹ ਉਹ ਇਨਸਾਨ ਹੋਣਾ ਚਾਹੀਦਾ ਜਿਹਨੂੰ ਦੇਖ ਕੇ ਚਾਹ ਚੜ ਜਾਂਦਾ ਹੈ। ਆਈ ਗੈਸ ਇਹ ਅਰਜੁਨ। ਅਰਜੁਨ ਇਹ ਜੀ ਕੁੜੀ ਹੈ ਜਿਹਨੂੰ ਦੇਖ ਕੇ ਮਤਲਬ ਉਹ 24 ਘੰਟੇ ਮੈਂ ਹਮੇਸ਼ਾ ਖੁਸ਼ੀ ਦੇਖਦੀ ਹਾਂ ਉਹਨੂੰ। ਅਰਜੁਨ ਨੂੰ ਯਕੀਨ ਨਹੀਂ ਆ ਰਿਹਾ ਮੇਰੇ ਨਾਲ। ਓ ਮਾਈ ਗੋਡ, ਮੇਰਾ ਨਾਮ ਕਿਵੇਂ ਲੈ ਲਿਆ? ਬਹੁਤ ਬਹੁਤ ਪੋਜ਼ਿਟਿਵ ਹੈਗੀ ਹੈ। ਤੁਸੀਂ ਫਿਰ ਦੇ ਆਓ ਅਰਜੁਨ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਓਕੇ ਸੋ ਨੈਕਸਟ ਹੈਗੀ ਹੈ ਚੱਕਰੀ। ਚੱਕਰੀ ਮੈਨੂੰ ਲੱਗਦਾ ਜਦ ਚੱਲਦੀ ਹੈ ਨਾ ਆਪਾਂ ਸਾਰੇ ਬਚਦੇ ਹਾਂ ਉਹਦੇ ਤੋਂ, ਹੈ ਨਾ, ਆਪਾਂ ਕੁੱਦਦੇ ਹਾਂ, ਹੈ ਨਾ, ਕਿ ਲੱਗ ਨਾ ਜਾਏ ਕਿਤੇ ਪੈਰ 'ਤੇ। ਇਹ ਉਹ ਇਨਸਾਨ ਹੋਣਾ ਚਾਹੀਦਾ ਜਿਹਦੇ ਗੁੱਸੇ ਤੋਂ ਸਾਰੇ ਡਰਦੇ। ਥੋੜ੍ਹਾ ਕਨਫਿਊਜ਼ਿੰਗ ਹੈ ਇਹ ਤਾਂ, ਕਿਉਂਕਿ ਇਹ ਮੈਂ ਓਂਕਾਰ ਨੂੰ ਤਾਂ ਨਹੀਂ ਦਊਂਗੀ। ਅੱਛਾ, ਬਟ ਓਂਕਾਰ ਲਈ ਮੈਂ ਸਪੈਸ਼ਲੀ ਆਪ ਚੱਕ ਕੇ ਬੰਬ ਕਹਾਂਗੀ ਕਿ ਓਂਕਾਰ ਆਲੂ ਬੰਬ। ਹਾਂ, ਚੱਕਰੀ ਜਿਹੜੀ ਹੈ ਉਹ ਤੂੰ ਡੈਡੀ ਨੂੰ ਦੇ ਸਕਦੀ ਹੈ, ਕਿਉਂਕਿ ਡੈਡੀ ਵੈਸੇ ਠੀਕ ਹੈ ਸਭ ਕੁਝ, ਬਟ ਜੇ ਉਹਨਾਂ ਦਾ ਗੁੱਸਾ ਹੋਵੇ ਤੇ ਉਹ ਫਿਰ ਸਾਰਿਆਂ ਨੂੰ ਬਚ ਕੇ ਰਹਿਣਾ ਚਾਹੀਦਾ। ਐਂਡ ਆਫ ਦਾ ਫੈਮਿਲੀ ਹੈਗੇ ਤੇ ਡੈਡੀ ਨੂੰ ਚੱਕਰੀ। ਅੱਗੇ ਹੈਗੀ ਹੈ ਸਾਡੇ ਕੋਲ ਫੁੱਲਚੜੀ। ਨਹੀਂ ਨਹੀਂ, ਫੁੱਲਚੜੀ ਦੀ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਇਹ ਲੜੀ ਦੇ ਨਾਲ। ਏਦਾਂ ਨਹੀਂ ਹੈ ਕਿ ਇੱਕ ਵਾਰੀ ਵੱਜ ਜਾਂਦੀ ਹੈ, ਇਹਨੂੰ ਇੱਕ ਵਾਰੀ ਤੁਸੀਂ ਜਲਾਓ ਨਾ, ਪਟ 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 ਪਟ, ਪਤਾ ਨਹੀਂ ਕਦੋਂ ਤੱਕ ਕਰਦੀ ਰਹਿੰਦੀ ਹੈ। ਸੋ ਵਨ ਐਂਡ ਓਨਲੀ ਮੈਮ, ਇਹ ਤਾਂ ਹੈ। ਅਗਲੀ ਚੀਜ਼ ਜਿਹੜੀ ਹੈ ਨਾ ਉਹ ਇਹ ਫੁੱਲਚੜੀ ਹੈਗੀ, ਤੇ ਆਈ ਥਿੰਕ ਪਾਪਾ ਜਿਹੜੇ ਹੈ ਨਾ ਉਹੀ ਦੱਸਣਗੇ ਇਹਦੇ ਬਾਰੇ। ਜਦੋਂ ਵੀ ਇਹਨੂੰ ਜਲਾਓ ਨਾ, ਸਪਾਰਕ, ਰੋਸ਼ਨੀ, ਇਹ ਮੈਂ ਆਪਣੀ ਵਾਈਫ ਨੂੰ ਹੀ ਦੇਣਾ ਚਾਹਾਂਗਾ। ਨਹੀਂ, ਇਹਦਾ ਮੈਂ ਰੀਜ਼ਨ ਵੀ ਦੱਸਦਾ। ਲੈ ਲਓ, ਇਹ ਲੇਡੀ ਦਾ ਜਿਹੜਾ ਕੰਮ ਹੈਗਾ ਨਾ ਘਰ ਨੂੰ ਪੂਰਾ ਸੰਭਾਲਣਾ, ਮੇਰੀ ਮਦਰ ਦੀ ਡੈਥ ਤੋਂ ਬਾਅਦ ਇਹਨਾਂ ਨੇ ਜਿਸ ਤਰ੍ਹਾਂ ਘਰ ਨੂੰ ਸੰਭਾਲਿਆ, ਦੈਟ ਇਜ਼ ਮਾਈਂਡ ਬਲੋਇੰਗ। ਅਤੇ ਇਹ ਮੈਂ ਇਸ ਕਰਕੇ ਸੋਚਦਾ ਕਿ ਘਰ ਦੀ ਰੋਸ਼ਨੀ ਹੈ ਇਹ ਹੀ ਹੈਗੀ ਹੈ। ਦੇਖੋ ਜੀ, ਬੱਚਿਆਂ ਦੀ ਜਿੱਤ ਦੇ ਵਿੱਚ ਮਾਂ ਪਿਓ ਦੀ ਜਿੱਤ ਹੁੰਦੀ ਹੈ। ਆਰਾਮ ਨਾਲ ਬਹੁਤ ਵਧੀਆ। ਮੇਰਾ ਪਹਿਲਾ ਸਵਾਲ ਹੈ, ਕਿਸਦੇ ਹੱਥ ਦਾ ਖਾਣਾ ਜ਼ਿਆਦਾ ਚਾਹ ਨਾਲ ਖਾਂਦੇ ਹੋ ਤੁਸੀਂ? ਜ਼ੋਰ ਦੀ ਤਾਂ ਨਹੀਂ ਮਰੇਗੀ। ਦੇਖੋ, ਮਾਂ ਦੇ ਹੱਥ ਦਾ ਕੋਈ ਕੰਪੈਰੀਜ਼ਨ ਨਹੀਂ ਹੁੰਦਾ। ਸੋ ਸੱਚ ਜੇ ਕਹਾਂ ਤਾਂ ਇੱਥੇ, ਜੇ ਵੇਲਣੇ ਨੂੰ ਦੇਖ ਕੇ ਕਹਾਂ ਤਾਂ ਇੱਥੇ। ਇਸ ਚੀਜ਼ ਨੂੰ ਮੈਂ ਵੀ ਐਗਰੀ ਕਰਦਾ। ਫਿਰ ਇੱਥੇ ਪਤਾ ਹੀ ਹੈ ਖਾਣੇ ਦੀ ਰੋਕ ਟੋਕ ਜਿਹੜੀ ਹੈਗੀ ਹੈ ਇੱਥੇ, ਉੱਥੇ ਤਾਂ ਬਲਕਿ ਕੋਈ ਵੀ ਨਹੀਂ ਕਰਦਾ ਮੇਰੀ ਚੰਪੀ।
पिछले दो साल तो किसी ने मेरी मालिश नहीं की है। चलो मम्मी करते ने वधिया। मम्मी करते हैं खर्ची तो बचन ली। तो शुरुआत करते हैं अंताक्षरी की। तुहाडा पहला क्लू हैगा है हसदी नाग गली। सो अगला क्लू हैगा है तारे अखियां तड़पावे। तारे किन-किन तो तेरी नजर चला ना तानू रोग न मावा अखियां बिचो कम दिया बरसाता नू। ओ हो 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 हो। So 1-1 the score. और अगला क्लू हैगा ए लाची इश्क कुवारी। वे मैं लौंग वे मैं लाची तेरे पीछे अगवाची तेरे इश्क के बीमारी मुड़ी कच्ची दी कवारी। वे मैं चंबे वे पहाड़ा वाली शाम वे मुंडिया संगली संगली नैना विच तेरा नाम वे मुंडिया संगली संगली तेन देख के होके पर्दे ने खड़ी चौंका विच सवारी ली। थोड़ी ते कारा दिल कुड़िए थोड़ी ते कारा दिल कुड़िए जो दागे चन दे टुकड़े ते तेनु काला चश्मा जचदाए जचदाए गोरे मुखड़े ते। क्या बात है जी। सो पॉइंट इधर जाना सी पर चला इधर गया। सो 3-1 द स्कोर है। अगला क्लू हैगा अकेला मजनू दुनिया मंजू। Z5 ऐप डाउनलोड करो ते वेखो सारे एपिसोड बिल्कुल फ्री।